ਕੀ ਹੋ ਗਿਆ ਤੈਨੂੰ ਬਾਈ? ਅਮਨ ਨੂੰ ਬੁਲਾ ਲਾ ਮਨੂੰ, ਹੈ ਬਈ ਅਮਨ ਨੂੰ ਬੁਲਾ ਲਾ ਮਨੂੰ, ਮੈਂ ਲੈ ਕੇ ਆਉਣਾ ਬਈ। ਐਂ ਕਰ ਤੂੰ ਬਾਈ ਲੈ ਵੀ ਬਾਈ, ਮੈਂ ਹੁਣੀ ਆ ਗਿਆ। ਚਾਚਾ ਜੀ ਤਾਂ ਤੁਹਾਡੇ ਠੀਕ ਨੇ, ਪਰ ਉਹਨਾਂ ਦੀ ਕਿਡਨੀ ਫੇਲ ਹੋ ਸੀ। ਹੁਣ ਤੁਹਾਨੂੰ ਉਹਨਾਂ ਨੂੰ ਚਾਹੇ ਤੁਸੀਂ ਕਿਸੇ ਤੋਂ ਉਹ ਕਰੋ, ਡੋਨੇਟ ਕਰੋ, ਜਾਂ ਤੁਹਾਨੂੰ ਉਹਨਾਂ ਨੂੰ ਕਿਡਨੀ ਦੇਣੀ ਪੈਣੀ। ਕਿਡਨੀ ਤਾਂ ਦਿੱਤੀ ਜਾਊ ਜੇ ਤੁਹਾਡਾ ਬਲੱਡ ਗਰੁੱਪ ਦੋਨਾਂ ਦਾ ਸੇਮ। ਘੱਟੋ ਘੱਟ 100,000 ਰੁਪਇਆ ਖਰਚਾ ਆਊ ਇਹਦਾ। 50,000 ਤੁਹਾਨੂੰ ਓਪਰੇਸ਼ਨ ਤੋਂ ਪਹਿਲਾਂ ਜਮ੍ਹਾਂ ਕਰਾਉਣੇ ਪੈਣਗੇ, 50,000 ਓਪਰੇਸ਼ਨ ਤੋਂ ਬਾਅਦ ਜਮ੍ਹਾਂ। ਪੈਸੇ ਦਾ ਬੰਦੋਬਸਤ ਕਰਾ ਲਓ, ਉਹ ਬਾਅਦ ਫਿਰ ਤੁਸੀਂ ਓਪਰੇਸ਼ਨ ਕਰਾ ਲਓ। ਕੁਛ ਨਹੀਂ ਬਈ ਯਾਰ, ਬਸ ਚੱਲੀ ਜਾਂਦਾ ਕੰਮ ਯਾਰ। ਖੜੇ ਪਹਿਲਾਂ ਤੂੰ ਕਰ ਲੱਗ ਜਾਣਾ ਕਰਾਂ ਵੀ ਕਰਕੇ ਰਿਹਾ। ਉਹ ਕਾਨੂੰ ਇੱਕਦਮ ਦੇ ਯਾਰ, ਹਾਂ ਇੱਕ ਹੁੰਦੇ ਨੇ ਬਗਾਲ। ਅੱਛਾ ਹਾਂ, ਇਹ ਤੈਨੂੰ ਫੇਰ ਵੀ ਸਮਝ ਗੱਲ, ਬਗਾਲ ਦਾ ਵੀ ਔਖੀ ਆ। ਚੱਲ ਤੂੰ ਸਾਡਾ ਮਿਸ ਕਰ ਲੈ, ਭਾਂਡੇ ਲੱਗ ਰਿਹਾ ਸੋਰੀ ਗੜੀ ਚੱਲ ਗੜੀ ਦੇ ਨਾ। ਓਏ ਇੱਕ ਤੁਹਾਡੇ ਪਿੰਡਾਂ ਕਾਫੀ ਦੁਗਾਣਾ, ਇਹ ਹਮ ਨਾਲ ਆ ਜਿਹੜਾ ਇਹ ਮਿਲਦਾ ਮੋਦੀ ਨੇ ਕਹਿੰਦਾ ਦਿਨਾਂ ਰਾਤੀ ਕੰਮ ਤੇਰੇ ਨਾ ਯਾਰ। ਰਿਪੋਰਟ ਆਪਣੀ ਸਾਰੀਆਂ ਕਰ ਲਈਆਂ ਤੇ 10 ਦਿਨ ਹੋਊਗਾ ਓਪਰੇਸ਼ਨ। ਠੀਕ ਆ, ਉਹਨਾਂ ਨੇ ਅੱਜ ਆਪਣੇ ਦਿਨ ਛੁੱਟੀ, ਕਹਿੰਦੇ 5 ਦਿਨ ਘਰੇ ਕਰ ਲਓ ਰੈਸਟ। ਠੀਕ ਆ,
ਦਵਾਈ ਨੇ ਲਿਖਤੀ ਉਹ ਪਲੇ ਜਾ ਕੇ ਜਾਂਦੇ ਹੋਏ ਠੀਕ ਹੈ ਠੀਕ ਹੈ ਅਤੇ ਖਰਚਾ ਆਊਗਾ ਉਹਦੇ 'ਤੇ ਤਕਰੀਬਨ 100,000 ਰੁਪਏ ਖਰਚਾ ਆਊਗਾ 100,000 ਰੁਪਈਆ ਪੈਸੇ ਪਾ ਕਿੱਥੋਂ ਲੈ ਕੇ ਆਉਂਦੇ ਪੈਸੇ ਆਪਣੇ ਕੋਲ ਹੈ ਨਹੀਂ ਗੇ ਕੋਈ ਗੱਲ ਨਹੀਂ ਚਾਹ ਤੂੰ ਦਿਨ ਨਾ ਸਿੱਟਾ ਮੈਂ ਆਪੇ ਹੱਲ ਕਰਦਾ ਕੋਈ ਨਾ ਕੋਈ ਤੂੰ ਹੱਲ ਨਾ ਕਰੀ ਠੀਕ ਆ ਤੂੰ ਹਨੀ ਨੂੰ ਫੋਨ ਕਰ ਦੇ ਠੀਕ ਆ ਉਹਨੂੰ ਦੱਸ ਦੇ ਪਹਿਲਾਂ ਦੱਸ ਦੇ ਕਹਿੰਦੇ ਪਹਿਲਾਂ ਪੈਸੇ ਮੰਗਵਾਉਣ ਦੀ ਉਹ ਵੀ ਤੇਰੇ ਬਾਪੂ ਇਲਾਜ ਵਾਸਤੇ ਮੰਗਵਾਉਂਦੇ ਠੀਕ ਆ ਤਾਂ ਤੂੰ ਸਾਰੀ ਗੱਲ ਦੱਸ ਦੇ ਠੀਕ ਆ ਆਪੇ ਹੱਲ ਕਰੂਗਾ ਨਹੀਂ ਪੈਸਿਆਂ ਦਾ ਚੱਲ ਠੀਕ ਆ ਫਿਰ ਅੱਜ ਜੇ ਮੈਨੂੰ ਸਹੀ ਲੱਗਦਾ ਮੈਂ ਕਰ ਲੈਂਦੇ ਆਪਾਂ ਠੀਕ ਆ ਹੁਣ ਮੈਂ ਫੋਨ ਕਰ ਲੈਣਾ ਠੀਕ ਅੱਜ ਆਪਾਂ ਉਹ ਚੱਲਦੇ ਹਾਂ ਠੀਕ ਆ ਠੀਕ ਤੂੰ ਇੱਥੇ ਆਪਦਾ ਦਵਾਈ ਦਵੀ ਸਾਰੀ ਚੱਕ ਲਈ ਅਤੇ ਮੈਂ ਹੱਥ ਨਹੀਂ ਆਉਣਾ ਹੱਥ ਨਾਲ ਪਾ ਚੱਲਦੇ ਠੀਕ ਆ ਠੀਕ ਆ ਠੀਕ ਚੰਗਾ ਅੱਛਾ ਫਿਰ ਆਰਾਮ ਕਰ ਲੈ ਤੂੰ ਠੀਕ ਛੇਤੀ ਫੜਾ ਕੇ ਆਰਡਰ ਆਇਆ ਪਿਆ ਹੈਲੋ ਵੀਰੇ ਮਨਪ੍ਰੀਤ ਬੋਲਦਾ ਵੀਰੇ ਹਾਂਜੀ ਬਾਈ ਹਾਂਜੀ ਵੀਰੇ ਵੀਰੇ ਮੈਂ ਹਣੀਆ ਦੋਸਤ ਬੋਲਦਾ ਬਾਈ ਹਣੀ ਤੇਰੇ ਕੋਲ ਵੀਰੇ ਹਣੀ ਵੀਰੇ ਮੇਰੇ ਨਾਲ ਨੀ ਹੈਗਾ ਉਹ ਘਰੇ ਆ ਯਾਰ ਬਾਈ ਯਾਰ ਉਹਨੂੰ ਮੈਂ ਫੋਨ ਲਾਈ ਜਾਂਦਾ ਯਾਰ ਖਾ ਦਿੰਦਾ ਯਾਰ ਫੋਨ ਨੀ ਚੱਕਦਾ ਬਾਈ ਯਾਰ ਬੜਾ ਜ਼ਰੂਰੀ ਕੰਮ ਆ ਯਾਰ ਗੱਲ ਕਰਾ ਦੇ ਯਾਰ ਉਹਦੇ ਨਾਲ ਮੇਰਾ ਫੋਨ ਨੀ ਚੱਕ ਰਿਹਾ ਯਾਰ ਬਾਈ ਚੱਲ ਮੈਂ ਕਹਿ ਦਿੰਦਾ ਬਾਈ ਉਹਨੂੰ ਕਰ ਲੂਗਾ ਗੱਲ ਤੇਰੇ ਨਾਲ ਠੀਕ ਹੈ ਵੀਰੇ ਧੰਨਵਾਦ ਵੀਰੇ ਬਹੁਤ ਬਹੁਤ ਵੀਰੇ ਓਕੇ ਬਾਈ ਓਕੇ ਹੈਲੋ ਹਾਂ ਬਾਬੇ ਹਾਂ ਬਾਬੇ ਫੋਨ ਕੀਤਾ ਉਹ ਤੇਰੇ ਆੜੀ ਦਾ ਫੋਨ ਆਇਆ ਸੀ ਯਾਰ ਕਿਸੇ ਅਮਨ ਦਾ ਕਹਿੰਦਾ ਵੀ ਹਨੀ ਨਾਲ ਗੱਲ ਕਰਾ ਦੇ ਮੁੰਡਾ ਯਾਰ ਕਦੋਂ ਕਰਿਆ ਸੀਗਾ 10 ਮਿੰਟ ਹੋ ਗਏ ਯਾਰ ਵਾਲਮਾਰਟ ਫਿਰਦੇ ਸੀ ਬੈਸਟ ਰੋਡ ਤੇ ਮੇਰੀ ਗੱਲ ਹੁਣ ਅੱਗੇ ਤੋਂ ਜਦੋਂ ਫੋਨ ਆਵੇ ਨਾ ਹੁਣ ਇਹਦਾ ਨੰਬਰ ਬਲੌਕ ਲਿਸਟ ਤੇ ਪਾ ਦੇ ਹੁਣੀ ਨਾ ਉਹ ਯਾਰ ਚੱਕਰ ਚੁੱਕਿਆ ਯਾਰ ਬੰਦਾ ਹੈ ਨੀ ਕੰਮ ਦਾ ਤੂੰ ਸਾਲਾ ਕੋਈ ਪੈਸੇ ਮੰਗੀ ਜਾਂਦਾ ਬੈਠੋ ਵੀ ਮੈਨੂੰ ਪੈਸੇ ਪਾ ਮੈਨੂੰ ਪੈਸੇ ਪਾ ਹਾਂ ਹੁਣ ਤੈਨੂੰ ਪਤਾ ਹੀ ਆ ਆਪਣੇ ਕੋਲ ਨਿੱਕੇ ਨਿੱਕੇ ਭਰਦੇ ਨੇ ਚੱਲ ਆਜਾ ਹੁਣ ਚਾਚੀ ਨੇ ਤਾਂ ਮੈਨੂੰ ਕਹਿਤਾ ਵੀ ਹੁਣੀ ਨਾਲ ਗੱਲ ਕਰ ਲਾ ਹੁਣ ਚਾਚੀ ਨੇ ਬਿਜਲੀ ਗੱਲ ਦਾ ਪਤਾ ਨਹੀਂ ਹੁਣੀ ਤਾਂ ਪਹਿਲੀ ਨਹੀਂ ਫੋਨ ਚੱਕ ਰਿਹਾ ਮੇਰਾ 2 ਵਾਰ ਤਾਂ ਨਹੀਂ ਚੱਲ ਪੈਸੇ ਭੇਜਤੇ ਹੁਣ ਚਾਚੀ ਨੂੰ ਕੀ ਪਤਾ ਵੀ ਉਦੋਂ ਬਾਅਦ ਦਵਾਈ ਮਈ ਦਵਾ ਰਹੇ ਹਾਂ ਅੜਦੇ ਪੈਸੇ ਚੱਕ ਕੇ
ਹੁਣ 8-50,000 ਰੁਪਏ ਚੱਕ ਲਿਆ। ਡਾਕਟਰ ਕਹਿੰਦਾ ਪੈਸੇ ਜਮ੍ਹਾਂ ਕਰਾ ਦਿਓ, ਆਪਰੇਸ਼ਨ ਫੇਰ ਹੋਊਗਾ। ਹੱਲ ਕਿੱਥੋਂ ਹੋਵੇ। ਹਾਂ ਅੱਜ ਫਿਰ ਇੱਕ ਹੱਲ ਰਹਿ ਗਿਆ ਹੁਣ ਤਾਂ, ਜਿਹੜੇ ਘਰ ਵਾਸਤੇ ਲੋਨ ਕਿਰਾਏ 'ਤੇ 5 ਲੱਖ ਦਾ, 1 ਲੱਖ ਰੁਪਏ ਚੱਕ ਉਹਨੂੰ ਚਲਾ ਦਿੰਦਾ, ਫਿਰ ਹੋਰ ਕੀ ਆ। ਜਦੋਂ ਜਾਂਦੇ ਨੂੰ ਬਾਅਦ ਕੀਤਾ ਵੀ ਚਾਚੇ ਨੂੰ ਰਾਜੀ ਕਰਕੇ ਰੱਖੋ ਤੇਰੇ ਆਉਣ ਤੱਕ, ਚੱਲ ਮਣ ਜਿੱਥੇ ਹੋਰ ਉੱਥੇ ਹੋਰ ਦੇਈ। ਹੋਰ ਕੀ, ਘਰ 1 ਸਾਲ ਠਹਿਰ ਕੇ ਪੈ ਜੂ, ਆਹੀ ਗੱਲ ਹੈ। ਚਾਚਾ ਤਾਂ ਨਹੀਂ ਮੁੜ ਕੇ ਆਉਣਾ। ਪਰ ਊਂ ਇੱਕ ਵਾਰ ਮੈਨੂੰ ਚਾਚੇ ਨੇ ਕਹਿ ਤਾ ਦਿੱਤਾ ਵੀ, ਕਹਿੰਦਾ ਹਨੀ ਨੂੰ ਇੱਕ ਵਾਰ ਦੱਸ ਦੇ, ਚੱਲਾਂ ਹੀ ਕਰਦਾ। ਜਵਾਬ ਦੇ ਆਪ ਤੋਂ ਤੈਨੂੰ ਅੱਜ, ਚਲ ਰੋਜ਼ ਰੋਜ਼ ਇੱਕ ਪਾਸੇ ਕਰੀ ਦੇ। ਹੈਲੋ। ਹਾਂ ਕੀ ਹਾਲ ਆ ਬਈ ਹਣੀ? ਹਾਂ ਵਧੀਆ ਵਧੀਆ, ਤੁਸੀਂ ਦੱਸੋ। ਵਧੀਆ ਬਾਈ। ਹਾਂ ਹੋਰ ਬਾਪੂ ਠੀਕ ਹੈ? ਬਾਪੂ ਠੀਕ ਆ ਬਾਈ। ਅੱਛਾ। ਹਾਂ ਫੋਨ ਦਾ ਬਾਈ ਕੰਮ ਸੀਗਾ ਯਾਰ ਇੱਕ। ਅਮਨ ਮੇਰੀ ਗੱਲ ਹੋਣਾ, ਜੇ ਪੈਸੇ ਚਾਹੀਦੇ ਨਾ ਤੇਰੇ ਘਰ ਦਾ ਜ਼ਿੰਮੇਵਾਰੀ ਦਵਾ ਦੇ ਮੈਨੂੰ। ਉਹ ਬਈ ਗੱਲ ਤਾਂ ਸੁਣ ਲੈ, ਤੇਰੇ ਵਰਗੇ ਮੈਨੂੰ ਕੋਈ ਭਰੋਸਾ ਨਹੀਂ ਹੈਗਾ। ਉਹ ਮੇਰੀ ਗੱਲ ਦਾ ਸੁਣ ਲੈ ਯਾਰ ਇੱਕ ਵਾਰ, ਮੇਰੀ ਮੇਰੀ ਮਿਹਨਤ ਦੀ ਕਮਾਈ ਕੀ ਹੋਈ, ਤੂੰ ਕਿਹੜੇ ਗੁੰਗਾ 'ਤੇ ਮਾਵਾਂਗਾ? ਸਿੱਧੀ ਜੀ ਗੱਲ ਆ, ਤੂੰ ਘਰ ਤੋਂ ਜ਼ਿੰਮੇਵਾਰੀ ਦਵਾ ਦੇ, ਚੰਗਾ ਕਰ ਫਿਰ ਤਾਂ ਆਪਾਂ ਕੱਲ੍ਹ ਮਾਰਦਾ। ਯਾਰਾ ਕਿਲੇ ਸ਼ਿਕਲੇ ਜਾਨੋ ਪਿਆਰੇ ਵਿਛੜਨ ਤੇ, ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ, ਮਰਦੇ ਦਮ ਤੱਕ ਨਾਲ ਖੜੂ, ਗੱਲਾਂ ਤੇਰੀਆਂ ਹਾਰ ਗਈਆਂ, ਹੰਝੂ ਪਰਨ ਗਵਾਈਆਂ ਵੇ ਤੇਰੇ ਮੇਰੇ ਪਿਆਰ ਦੀ। ਆਹ ਕੁਝ ਸੁਣਨ ਤੋਂ ਪਹਿਲਾਂ ਤੂੰ ਮੈਨੂੰ ਚੱਕ ਕੇ ਆਉਣੀ ਲਿਆ, ਜਿਹੜਾ ਯਾਰ ਕਦੇ ਭਰਾਵਾਂ ਨਾਲ ਵੱਧ ਕੇ ਪਿਆਰ ਕਰਦਾ ਸੀ, ਅੱਜ ਉਹਨੂੰ ਮੇਰੇ ਤੋਂ ਵੱਧ ਕੇ ਪੈਸਾ ਪਿਆਰਾ ਹੋ ਗਿਆ। ਰੱਬਾ ਮੇਰਾ ਕਮਜ਼ੋਰ ਕੀਤੀ। ਆ ਗਿਆ ਤਾਂ ਮਨ। ਅੱਛਾ ਤੂੰ ਦੱਸ ਕਿਵੇਂ ਠੀਕ ਹੈ? ਹੋਣਾ ਠੀਕ ਹੈ। ਦੋ ਤਾਂ ਦਵਾਈ ਦਵੂਈ ਲਈ ਜਾਣਾ ਟਾਈਮ ਨਾਲ? ਹਾਂ ਹਾਂ। ਅਤੇ ਡਾਕਟਰ ਨੂੰ ਦਵਾ ਦੇ ਦਿਖਾਉਣ ਜਾਣਾ ਤੁਹਾਨੂੰ, ਡਾਕਟਰ ਨਾਲ ਗੱਲ ਹੋ ਗਈ ਜੀ? ਹਾਂ ਡਾਕਟਰ ਨਾਲ ਤਾਂ ਗੱਲ ਹੋ ਗਈ, ਅੱਛਾ ਜਿਹੜੀ ਆਪਣੀ ਰਿਪੋਰਟਾਂ ਦੀ ਉਹਦੇ ਟੈਸਟ ਵੀ ਕਰਾਈ ਦੀ, ਉਹ ਮੈਨੂੰ ਆਇਆ ਸੀਗਾ ਫੋਨ ਕੰਪਿਊਟਰ ਦਾ, ਕਹਿੰਦੇ ਵੀ ਤੁਹਾਡੇ ਆਏ ਪੈਣੇ, ਕਹਿੰਦਾ ਵੀ ਲੈ ਜਾਓ ਵੀ ਪੈਸੇ ਜਮ੍ਹਾਂ ਕਰਾ ਦਿਓ, ਟੈਸਟ ਲੈ ਜਾਓ ਫੜ ਕੇ ਰਿਪੋਰਟਾਂ। ਅਤੇ ਉਹਨੇ ਉਹਨੇ ਪੈਸੇ ਭੇਜਦੇ ਹਨੀ? ਹਾਂ ਅੱਛਾ ਉਹਨੇ ਪੈਸੇ ਭੇਜਦੇ, ਉਹਨੇ ਪਹਿਲਾਂ ਭੇਜਦੇ ਮੈਨੂੰ ਕੁਛ ਤੋਂ ਮੈਂ ਕਢਾ ਲਿਆ। ਅਤੇ ਠੀਕ, ਬਾਕੀ ਰਾਤ ਭੇਜਦੇ ਹੋਰ ਉਹ ਮੱਝ ਕਢਾ ਲਿਆ, ਪੈਸੇ ਉਹਨੇ ਸਾਰੇ ਭੇਜਦੇ। ਠੀਕ ਆ, ਨਾਲ ਉਹਨੇ ਮੈਨੂੰ ਕਿਹਾ ਕਹਿੰਦਾ ਕੋਈ ਪੈਸਿਆਂ ਦੀ ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ, ਜਿੰਨੇ ਵੀ ਲੋੜ ਹੋਣੇ ਕਹਿੰਦਾ ਮੈਨੂੰ ਕਿੰਨੇ ਮਰਜ਼ੀ ਮੰਗਾ ਲਈ, ਠੀਕ ਹੈ, ਪਰ ਤੂੰ ਨਾ ਹੋਵੇ ਸਾਡੀ, ਆਪਾਂ ਹੁਣ ਠੀਕ ਹੋ ਕੇ ਆ ਜਾਂਦੇ ਨੇ। ਠੀਕ ਹੈ ਅਮਨ, ਗੱਲ ਸੁਣ ਮੇਰੀ। ਹਾਂ ਅੱਛਾ। ਅਤੇ ਤੁਹਾਨੂੰ ਦੱਸ ਦੀ ਪੈਸੇ ਕਿਹੜੇ ਪਾਸੇ ਮੰਗਾਉਣੇ? ਹਾਂ ਹਾਂ ਅੱਛਾ ਦੱਸਤਾ ਜੀ, ਜੇ ਤੁਹਾਨੂੰ ਨਾ ਮੇਰੀ ਗੱਲ ਕਰਾ ਦਿੰਦਾ। ਨਾ ਨਾ ਅੱਛਾ ਗੱਲ ਦੀ ਕੀ ਲੋੜ ਆ, ਉਹ ਥੋੜ੍ਹਾ ਦਿਲ ਦਾ ਕਮਜ਼ੋਰ ਆ। ਨਾ ਕੋਈ ਨਹੀਂ, ਫਿਰ ਤੂੰ ਪਹਿਲਾਂ ਠੀਕ ਹੋ ਜਾ, ਪਹਿਲਾਂ ਆਪਾਂ ਆਪਰੇਸ਼ਨ ਕਰਾ ਲਈਏ, ਪੈਸੇ ਨੂੰ ਮੈਂ ਦੱਸਤਾ ਜੀ, ਪੈਸੇ ਨੂੰ ਆਪਣੇ ਭੇਜ ਦੇ, ਊਂ ਥੋੜ੍ਹਾ ਜਿਹਾ ਕਰਦਾ ਸੀਗਾ, ਮੈਂ ਸਮਝਾਤਾ ਜੀ ਸਾਰੀ ਗੱਲ। ਠੀਕ ਹੈ, ਅਤੇ ਬਾਕੀ ਹੁਣ ਆਊਗਾ ਕਹਿੰਦਾ ਮੈਂ ਮਾਰੂੰ ਗੇੜਾ, ਕਹਿੰਦਾ ਸੀਗਾ ਮੈਨੂੰ। ਅਤੇ ਬਾਕੀ ਗੱਲ ਨਹੀਂ, ਤੂੰ ਆਪਣਾ ਆਹ ਪੈਸੇ ਸਾਂਭ ਲਈ, ਅਤੇ ਆਪਾਂ ਚੱਲਦੇ ਕੱਲ੍ਹ ਨੂੰ। ਠੀਕ ਹੈ, ਜੇ ਪੈਸੇ ਚਾਹੀਦੇ ਨਾ ਤੇਰੇ ਘਰ ਦੀ ਜ਼ਿੰਮੇਵਾਰੀ ਦਵਾ ਦੇ ਮੈਨੂੰ, ਤੇਰੇ ਵਰਗੇ ਮੈਨੂੰ ਕੋਈ ਭਰੋਸਾ ਨਹੀਂ ਹੈਗਾ।